ਬੇਸ਼ੱਕ ਦੋਸਤੋ, ਸਾਡੇ ਪੰਜਾਬ ਦੇ ਵਿੱਚ ਪੱਛਮੀ ਸੱਭਿਆਚਾਰ ਨੇ ਪੈਰ ਪਸਾਰੇ ਹੋਏ ਨੇ, ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜੋ ਬੇਟਾ ਹੋਣ ਤੋਂ ਬਾਅਦ ਖੁਸਰਿਆਂ ਨੂੰ ਵਧਾਈ ਦਿੱਤੀ ਜਾਂਦੀ ਸੀ, ਉਹ ਅੱਜ ਵੀ ਪਿੰਡਾਂ ਦੇ ਵਿੱਚ ਜਿਉਂ ਦੀ ਤਿਉਂ ਆ। ਰੀਤੀ ਰਿਵਾਜ਼ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਅੱਜ ਵੀ ਚੱਲ ਰਹੇ ਨੇ। ਆਪਾਂ ਤੁਹਾਨੂੰ ਇੱਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਝਲਕ ਦਿਖਾਉਂਦੇ ਹਾਂ ਕਿ ਬੇਟਾ ਹੋਣ ਤੋਂ ਬਾਅਦ ਜਿਹੜੀ ਖੁਸਰਿਆਂ ਨੂੰ ਵਧਾਈ ਦਿੱਤੀ ਜਾਂਦੀ ਆ ਅਤੇ ਪਰਿਵਾਰ ਕਿੰਨੇ ਖੁਸ਼ ਹੁੰਦੇ ਨੇ ਜਦੋਂ ਉਹਨਾਂ ਦੇ ਘਰ ਬੇਟਾ ਹੁੰਦਾ, ਤਾਂ ਇਹੋ ਜਿਹੜੇ ਰੀਤੀ ਰਿਵਾਜ਼ ਨੇ ਅੱਜ ਵੀ ਕਿਤੇ ਨਾ ਕਿਤੇ ਜਿਉਂ ਦੇ ਤਿਉਂ ਨੇ। ਆਪਾਂ ਤੁਹਾਨੂੰ ਇੱਕ ਪਿੰਡ ਦੀ ਝਲਕ ਦਿਖਾਉਂਦੇ ਹਾਂ ਕਿ ਬੇਟਾ ਹੋਣ ਤੋਂ ਬਾਅਦ ਜੋ ਵਧਾਈ ਦਿੱਤੀ ਜਾਂਦੀ ਸੀ ਅਤੇ ਖੁਸਰੇ ਵਧਾਈ ਲੈਣ ਆਉਂਦੇ ਨੇ। ਦਿਖਾਉਂਦੇ ਹਾਂ ਇੱਕ ਛੋਟੀ ਜਿਹੀ ਰਿਪੋਰਟ। ਮਾਇਆ ਵੇ ਮਨ ਮੋਹਣਿਆ, ਮਾਇਆ ਮੋਹਣਿਆ ਵੇ ਮਨ ਮੋਹਣਿਆ, ਮਾਇਆ ਭੱਲਾ ਵੇ ਪਕ ਬੇਟਾ ਪਾਣੀ ਛੇਤੀ ਸਿੱਖ ਤਿਆਰੀ ਮਜਾਣਾ ਪਿਆ ਕਿ
ਸਾਡੇ